a South Asian Canadian channel. ਪੰਜਾਬ ਦੀ ਸਿਆਸਤ ਵਿੱਚ ਬਿਕਰਮ ਸਿੰਘ ਮਜੀਠੀਆ ਲਗਾਤਾਰ ਛਾਏ ਹੋਏ ਨੇ। ਕਾਰਨ ਹੈ ਉਹਨਾਂ ਉੱਤੇ ਪੰਜਾਬ ਪੁਲਿਸ ਵੱਲੋਂ NDPS ਐਕਟ ਤਹਿਤ ਮਾਮਲਾ ਦਰਜ ਹੋਇਆ, ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਰੇਡ ਕਾ ਬਰਕਰਾਰ ਹੈ। ਜਦੋਂ ਇਸ ਸੰਬੰਧੀ ਪਟਿਆਲਾ ਪਹੁੰਚੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਆਰੋਪਾਂ ਤੇ ਸਵਾਲ ਕੀਤਾ ਗਿਆ ਕਿ ਇਹ ਮਾਮਲਾ ਸਿਆਸੀ ਕਾਰਨਾਂ ਕਰਕੇ ਦਰਜ ਹੋਇਆ ਤਾਂ ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਕੋਈ ਸਿਆਸੀ ਨਹੀਂ ਹੋ ਸਕਦਾ। ਇੰਨਾ ਹੀ ਨਹੀਂ, ਇੱਕ ਹੋਰ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਜਿਹੜੇ ਥਾਣੇ ਨੂੰ ਲੈ ਕੇ ਅਕਾਲੀ ਦਲ ਸਵਾਲ ਚੁੱਕ ਰਿਹਾ ਹੈ ਉਹ ਅਕਾਲੀ ਦਲ ਨੇ ਆਪ ਹੀ ਬਣਾਇਆ ਸੀ। ਭੁਪਿੰਦਰ ਸਿੰਘ ਰੰਧਾਵਾ ਨੇ ਇੱਕ ਪਰਿਵਾਰ 'ਚੋਂ ਇੱਕ ਟਿਕਟ ਮਿਲਣ ਤੇ ਕਾਂਗਰਸ ਦੇ ਫੈਸਲੇ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਵਧੀਆ ਫੈਸਲਾ ਹੈ, ਮੇਰੇ ਪਰਿਵਾਰ ਵਿੱਚ ਵੀ ਮੇਰੇ ਪਿਤਾ ਤੋਂ ਬਾਅਦ ਮੈਨੂੰ ਟਿਕਟ ਮਿਲੀ ਸੀ ਤੇ ਮੈਂ ਇਸ ਦਾ ਸਵਾਗਤ ਕਰਦਾ। ਉਹ ਅੱਜ ਪਟਿਆਲਾ ਵਿਖੇ ਬਿਜਲੀ ਨਿਗਮ ਦੇ ਦਫ਼ਤਰ ਵਿੱਚ ਨਵੇਂ ਬਣਾਏ ਗਏ ਚੇਅਰਮੈਨ ਬਲਦੇਵ ਸਿੰਘ ਸਰਾਂ ਦੀ ਨਿਯੁਕਤੀ ਉੱਤੇ ਇੱਥੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਬਿਜਲੀ ਸਮਝੌਤਿਆਂ ਬਾਰੇ ਵੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਵੱਲੋਂ ਸਮਝੌਤੇ ਰੱਦ ਕਰਨ ਦੇ ਲਈ ਗਵਰਨਰ ਨੂੰ ਫਾਈਲ ਭੇਜ ਦਿੱਤੀ ਹੈ ਤੇ ਉਹਨਾਂ ਵੱਲੋਂ ਹਾਂ ਹੋਣਾ ਬਾਕੀ ਹੈ। ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਕਿਉਂਕਿ ਇਸ ਟਾਈਮ ਦੇ ਵਿੱਚ ਇਹਨਾਂ ਨੇ ਜੋ ਪਹਿਲਾ ਇਹਨਾਂ ਦੀ ਟਨਿਓਰ ਸੀ ਔਰ ਉਹਦੇ ਵਿੱਚ ਜੋ ਇਹਨਾਂ ਨੇ ਕੰਮ ਕੀਤਾ, ਸਾਡੀ ਸਾਰਿਆਂ ਦੀ ਔਰ ਪੰਜਾਬ ਦੇ ਲੋਕਾਂ ਦੀ ਵੀ ਡਿਮਾਂਡ ਸੀ ਕਿ ਇੱਕ ਵਧੀਆ ਚੇਅਰਮੈਨ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਕੀਤਾ ਜੇ ਔਰ ਸਾਰੇ ਜਦੋਂ ਡਿਸੀਜ਼ਨ ਕੀਤਾ ਚੇਅਰਮੈਨ ਸਾਹਿਬ ਨੇ ਇਹਨਾਂ ਨੇ CM ਸਾਹਿਬ ਨੇ ਅਤੇ ਸਾਰੇ ਮਿਨਿਸਟਰਾਂ ਨੇ ਉਹਦੇ 'ਚ ਕੰਸੈਂਟ ਦੇ ਕੇ ਅਤੇ ਪੰਜਾਬ ਦੀਆਂ ਜੋ ਬਿਜਲੀ ਬੋਰਡ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਜਾਂ ਜਿਹੜੀਆਂ ਕੋਈ ਚੀਜ਼ਾਂ ਕਰਨ ਵਾਲੀਆਂ ਨੇ ਜਾਂ ਕੋਈ ਮੁਲਾਜ਼ਮਾਂ ਦੀਆਂ, ਕਿਉਂਕਿ ਆਪ ਵੀ ਇਹ ਬਹੁਤ ਦੇਰ ਇਸੇ ਸੰਘਰਸ਼ ਦੇ ਵਿੱਚ ਜੁੜੇ ਰਹੇ ਨੇ, ਉਸ ਕਰਕੇ ਇਹਨਾਂ ਨੂੰ ਅਪੁਆਇੰਟ ਕੀਤਾ ਔਰ ਇਹਨਾਂ ਦੀ ਇਮਾਨਦਾਰੀ, ਇਹਨਾਂ ਦੀ ਦਿਆਨਤਦਾਰੀ ਔਰ ਇਹਨਾਂ ਦੀ ਜਿਹੜੀ ਲਗਨ ਔਰ ਕੰਮ ਕਰਨ ਦਾ ਜਿਹੜਾ ਉਹ ਚੀਜ਼ ਕਰਕੇ ਅਸੀਂ ਪੰਜਾਬ 'ਚ ਕਿ ਬਿਜਲੀ ਹੋਰ ਜਿਹੜੀ ਹੈ ਕਿ ਮੇਨ ਜੇ ਕੋਈ ਪੰਜਾਬ ਅੱਜ ਵੀ ਕਿਸੇ ਸੁਰੱਖਿਆ ਦੇ ਵਿੱਚ ਰਹਿੰਦਾ ਜਾਂ ਕਿਸੇ ਬਿਜਲੀ ਦੇ ਵਿੱਚ ਰਹਿੰਦਾ ਤਾਂ ਉਹ ਬਿਜਲੀ ਬੋਰਡ ਜਿਹੜਾ ਪੰਜਾਬ ਦੀ ਬੈਕਬੋਨ ਹੈ ਔਰ ਇਹਨੇ ਇਸੇ ਬਿਜਲੀ ਬੋਰਡ ਨੇ ਪੰਜਾਬ ਦੀ ਐਗਰੀਕਲਚਰ ਇੰਡਸਟਰੀ ਜਿਹੜੀ ਡੋਮੈਸਟਿਕ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਇੱਕ ਚੰਗਾ ਯੋਗ ਇਮਾਨਦਾਰ ਔਰ ਚੰਗਾ ਨੀਤੀਘਾਟ ਜਿਹੜਾ ਉਹਨਾਂ ਨੂੰ ਅਸੀਂ ਛੇ ਦੇਣਾ। ਸਰਦਾਰ ਸਾਹਿਬ ਥੋੜ੍ਹੀ ਦੇਰੀ ਨਹੀਂ ਹੋ ਗਈ ਜਿਵੇਂ ਸਰਕਾਰ ਦਾ ਸਮਾਂ ਘੱਟ ਰਹਿ ਗਿਆ ਅਤੇ ਸਰਾਂ ਸਾਹਿਬ ਦੀ ਨਿਯੁਕਤੀ ਹੋਈ? ਦੇਖੋ ਜਿਹੜੀ ਦੇਰੀ ਅਤੇ ਅੱਜ ਤੋਂ ਨਹੀਂ, ਮੈਂ ਤਾਂ ਕਹਿੰਦਾ ਜਿਸ ਦਿਨ ਇਹਨਾਂ ਨੂੰ ਉਤਾਰਿਆ ਸੀ ਉਸ ਦਿਨ ਵੀ ਦੇਰੀ ਕੀਤੀ, ਉਸ ਦਿਨ ਵੀ ਸਾਡੀ ਗਲਤੀ ਸੀਗੀ ਕਿ ਜਿਸ ਤਰੀਕੇ ਨਾਲ ਲੈ ਕੇ ਤੁਰੇ ਸੀ ਬਿਜਲੀ ਬੋਰਡ ਨੂੰ ਔਰ ਜਿਸ ਤਰੀਕੇ ਦੇ ਨਾਲ ਇਹਨੇ ਕੰਟਰੋਲ ਕੀਤਾ ਉਸ ਵੇਲੇ ਵੀ ਮੈਂ ਕਹਾਂਗਾ ਕਿ ਹੁਣ ਦੀ ਨਹੀਂ ਪਰ ਦੇਰ ਆਏ ਦੁਰੁਸਤ ਆਏ ਭਾਵੇਂ ਦੇਰ। ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਜਿਹੜੇ ਮਸਲੇ ਬੜੇ ਲੰਬੇ ਦਿਨ ਤੋਂ, ਡੇਢ ਡੇਢ ਮਹੀਨਾ 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 ਆਫਿਸ ਨਹੀਂ ਲੱਗਦੇ ਕਿਉਂਕਿ ਸਾਰੇ ਗੇਟ ਬੰਦ ਪਿਆ, ਹੁਣ ਵੀ ਕਾਫੀ ਡੇਢ ਸਵਾ ਮਹੀਨੇ ਬਾਅਦ ਆਫਿਸ ਖੁੱਲਿਆ ਅਤੇ ਮੁਲਾਜ਼ਮ ਅਜੇ ਵੀ ਬੈਠੇ। ਇਹੀ ਮੈਂ ਕਹਿ ਰਿਹਾ ਨਾ ਕਿ ਜੇ ਫੁੱਲ ਟਾਈਮ ਜਿਹੜਾ ਚੇਅਰਮੈਨ ਹੁੰਦਾ ਉਹ ਆਪਣਾ ਪੂਰਾ ਟਾਈਮ ਦੇ ਕੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਇੱਥੇ ਬੈਠ ਕੇ ਇਹਨਾਂ ਦੇ ਮੁਲਾਜ਼ਮਾਂ ਦੇ ਵਿੱਚ ਹੀ ਰਹਿਣਾ ਔਰ ਜਿਹੜਾ ਆਦਮੀ ਆਫਿਸ ਦੇ ਵਿੱਚ ਆ ਕੇ ਬੈਠੇਗਾ ਉਹਨੂੰ ਉਹਦੇ ਕੰਨਾਂ 'ਚ ਜਿਹੜੀ ਕੋਈ ਬਾਹਰ ਆਵਾਜ਼ ਹੈ ਉਹ ਜ਼ਰੂਰ ਸੁਣਦੀ ਹੈ ਔਰ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਉਹਨਾਂ ਨੂੰ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਇਸੇ ਕਰਕੇ ਚੇਅਰਮੈਨ ਸਾਹਿਬ ਨੂੰ ਲੈ ਕੇ ਆਏ ਹਾਂ ਕਿ ਸਰਪਲਸ ਜਿਹੜੇ ਉਹ ਪਿਛਲੀਆਂ ਸਰਕਾਰਾਂ ਵਾਂਗੂ ਸਰਪਲਸ ਨਹੀਂ ਬਣਾਇਆ ਜਾਏਗਾ, ਐਕਚੁਅਲੀ ਸਰਪਲਸ ਬਣਾਇਆ ਜਾਏਗਾ ਤਾਂ ਕਿ ਬਿਜਲੀ ਦੀ ਜਿਹੜੀ ਖਪਤ ਆ, ਬਿਜਲੀ ਦੀ ਜਿਹੜੀ ਲੋੜ ਆ ਉਹਦੇ ਮੁਤਾਬਕ ਹੀ ਕੰਮ ਕੀਤੇ ਜਾਣਗੇ। ਇਸੇ ਕਰਕੇ ਚੇਅਰਮੈਨ ਸਾਹਿਬ ਜਿੰਨੀ ਦੇਰ ਰਹੇ ਆ ਤੁਸੀਂ ਦੇਖਿਆ ਕੱਟ ਲੱਗਣੇ ਵੀ ਬੰਦ ਹੋ ਗਏ ਸੀ ਔਰ ਅਸੀਂ ਜਿਹੜੀ ਬਿਜਲੀ ਜਿਹੜੀ ਬਾਹਰ ਵਿੱਚ ਇਹਨਾਂ ਦੇ ਟਾਈਮ 'ਚ ਹੁੰਦੇ ਟਾਈਮ 'ਚ ਅਤੇ ਔਰ ਪਿਛਲੇ ਟਾਈਮ ਜਿਹੜੇ ਬਹੁਤ ਤੁਸੀਂ ਚੇਂਜਸ ਦੇਖੀਆਂ ਹੋਣਗੀਆਂ। ਦੇਖੋ ਅਸੀਂ ਗਵਰਨਰ ਸਾਹਿਬ ਨੂੰ ਭੇਜ ਦਿੱਤੇ ਆ ਉਹ ਜਿਹੜੇ ਇਹਨੂੰ ਸੋਵਰੇਨ ਸਮਝੌਤੇ ਜਿਹੜੇ ਪੁਰਾਣੇ ਜਿਹੜੇ ਹੋਏ ਉਹ ਗਵਰਨਰ ਦੀ ਕੰਸੈਂਟ ਆਏਗੀ, ਅਸੀਂ ਆਪਣੇ ਵੱਲੋਂ ਉਹਨਾਂ ਨੂੰ ਰੱਦ ਕਰ ਲਈ ਭੇਜਿਆ ਔਰ ਹੁਣ ਨਵੇਂ ਚੇਅਰਮੈਨ ਜਿਹੜੇ ਲਾਏ ਨੇ ਉਹਨੂੰ ਇੰਪਲੀਮੈਂਟ ਵੀ ਕਰਾਉਣਾ। ਜਿਹੜੇ ਮਾਹਰ ਨੇ ਉਹ ਕਹਿੰਦੇ ਕਿ ਸਰਕਾਰ ਜਦ ਤੱਕ ਇਹਨੂੰ ਆਪਣੇ ਸੈਕਟਰ 'ਚ ਨਹੀਂ ਲੈ ਕੇ ਆਉਂਦੀ ਜਿਹੜੇ ਥਰਮਲ ਪਲਾਂਟ ਨੇ ਤਦ ਤੱਕ ਜਿਹੜੀ ਹੈ ਬਿਜਲੀ ਸਸਤੀ ਨਹੀਂ ਦਿੱਤੀ ਜਾ ਸਕਦੀ, ਜਿਵੇਂ ਬਿਜਲੀ ਸਮਝੌਤੇ ਆ ਉਹ ਵੀ ਜਿਹੜੇ ਰੱਦ ਕਰਨੇ ਉਹਦੇ ਵਿੱਚ ਕੋਈ ਪੜਿਆ ਹੋਣਾ। ਇੱਕ ਪਲਾਂਟ ਨੂੰ ਤਾਂ ਅਸੀਂ ਕਿਹਾ ਕਿ ਇਮੀਡੀਏਟਲੀ ਟੇਕ ਓਵਰ ਕਰਨ ਦਾ ਸਾਨੂੰ ਕੀਤਾ ਜਾਵੇ ਅਤੇ ਬਾਕੀ ਚੇਅਰਮੈਨ ਸਾਹਿਬ ਬੈਠੇ ਨੇ ਇਹ ਹੁਣ ਸਾਰਾ ਸਾਨੂੰ ਗਾਈਡ ਕਰਨਗੇ ਕਿ ਕਿਸ ਤਰ੍ਹਾਂ ਉਹਨੂੰ ਟੇਕਅਪ ਕੀਤਾ ਜਾ ਸਕਦਾ ਜਾਂ ਉਹਨਾਂ ਦੇ ਰੇਟ ਕਿਵੇਂ ਘਟਾਏ ਜਾ ਸਕਦਾ। ਅੱਜ ਆਪਾਂ ਜਾ ਰਹੇ ਏਡੇ ਵਧੀਆ ਕੰਮ ਦੇ ਵਿੱਚ ਕੱਲ੍ਹ ਨੂੰ ਮਾੜੇ ਕੰਮ ਨੂੰ ਲੈ ਕੇ ਇੱਕ ਵਧੀਆ ਇੱਕ ਮਿੰਟ ਮੇਰੀ ਸੁਣ ਲਓ, ਇਹ ਤੁਸੀਂ ਕਿਹੜੇ ਚੈਨਲ 'ਤੇ ਹੋ? ਬੜੇ ਵਧੀਆ ਮੌਕੇ ਤੇ ਇੱਕ ਇਮਾਨਦਾਰ ਇੱਕ ਪੰਜਾਬੀ ਨੂੰ ਆਪਾਂ ਬਿਠਾਉਣ ਲਈ ਆਏ ਆ
ਇਹਦਾ ਕਿ ਚੰਡੀਗੜ੍ਹ ਤੁਹਾਨੂੰ ਮੈਂ ਠੋਕ ਕੇ ਜਵਾਬ ਦਵਾਂਗਾ, ਕੋਈ ਗੱਲ ਨਹੀਂ। ਇੱਕ ਸਿਆਸੀ ਤੌਰ ਤੇ ਕਿਹਾ ਜਾ ਰਿਹਾ ਕਿ ਸਿਆਸੀ ਸਰਕਾਰ ਇੱਕ ਸਿਆਸੀ ਤੌਰ ਤੇ ਜਿਹੜਾ ਬੈਂਕ ਲਾ ਰਿਹਾ ਹੈ, ਨਸ਼ਾ ਵੇਚਣ ਵਾਲਾ ਕੋਈ ਸਿਆਸੀ ਨਹੀਂ ਹੋ ਸਕਦਾ। ਨਸ਼ਾ ਵੇਚਣ ਵਾਲਾ ਨਸ਼ਾ ਅਕਾਲੀ ਦਲ ਕਹਿੰਦਾ ਜਿਹੜੇ ਥਾਣੇ ਪਰਚਾ ਕੀਤਾ ਨਾ ਉੱਥੇ ਐਸਐਚਓ ਨਾ ਉੱਥੇ ਮੁਨਸ਼ੀ ਹੈ, ਜਿਹੜੇ ਥਾਣੇ ਪਰਚਾ ਕੀਤਾ ਇਹ ਜਿਹੜਾ ਥਾਣਾ ਬਣਾਇਆ ਬਾਦਲਾਂ ਦੇ ਟਾਈਮ ਦਾ ਹੀ ਬਣਿਆ, ਉਹਨੂੰ ਇਹ ਕੰਟੀਨਿਊ ਕੀਤਾ ਜਾ ਰਿਹਾ। ਇੱਕ ਸਵਾਲ ਹੈ ਜੀ ਸਰ, ਰਾਜ ਸਾਹਿਬ ਸਰ ਬਿਲਕੁਲ ਠੀਕ ਆ। ਮੇਰੇ ਮੈਂ ਮੇਰੇ ਆਪਣੇ ਘਰ ਚ ਮੇਰੇ ਫਾਦਰ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਮੈਨੂੰ ਟਿਕਟ ਦਿੱਤੀ, ਉਹਨਾਂ ਆਪ ਲੜੀ ਨੀ ਇਲੈਕਸ਼ਨ। ਹਾਂਜੀ ਜਦੋਂ ਤੂੰ ਮੈਨੂੰ ਦੱਸ ਦੇਗਾ ਕਿੱਥੇ ਬੈਠਾ ਉਸੇ ਵੇਲੇ ਅਰੈਸਟ ਕਰ ਲਾਂਗੇ। ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।